ਸਸਿਕਾਲ ਜੀ ਹੋਰ ਕੀ ਹਾਲ ਚਾਲ ਹੈ ਹੋਪ ਸਾਰੇ ਵਧੀਆ ਹੋਣਗੇ ਚਲੋ ਕਰਦੇ ਆਪਾਂ ਵੀਡੀਓ ਸ਼ੁਰੂ ਮੈਂ ਹੁਣ ਆਪਣੀ ਵਰਕਆਊਟ ਵਾਲੀਆਂ ਵੀਡੀਓਸ 'ਚ ਵੇਟਸ ਐਡ ਕੀਤੇ ਨੇ ਨਾਲ ਵਰਕਆਊਟ 'ਚ ਜਿਹਨਾਂ ਕੋਲ ਨਹੀਂ ਹੈਗੇ ਡੰਬਲਸ ਵਗੈਰਾ ਘਰੇ ਤਾਂ ਵੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਉਹਦਾ ਵੀ ਆਪਣੇ ਕੋਲ ਸੋਲੂਸ਼ਨ ਹੈਗਾ ਹੁਣ ਮੈਂ ਆਪਣੀਆਂ ਵੀਡੀਓ ਆਪਣੇ ਵਰਕਆਊਟਸ 'ਚ ਡੰਬਲਸ ਵਗੈਰਾ ਐਡ ਕੀਤੇ ਨੇ ਜਿਹਨਾਂ ਕੋਲ ਘਰੇ ਵੇਟਸ ਨਹੀਂ ਹੈਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਦਾ ਵੀ ਆਪਣੇ ਕੋਲ ਸੋਲੂਸ਼ਨ ਹੈਗਾ ਦੇਖੋ ਜਿਵੇਂ ਹੁਣ ਮੈਂ ਬੈਗ ਐਡ ਕੀਤਾ ਬੈਗ 'ਚ ਬੁੱਕਸ ਐਡ ਕਰ ਲਈਆਂ ਇਹਨੂੰ ਭਰ ਲਿਆ ਮੈਂ ਪੂਰਾ ਅਤੇ ਆਪਾਂ ਇਹਦੇ ਨਾਲ ਵੀ ਪ੍ਰੋਪਰ ਈਜ਼ਲੀ ਐਨ ਲਾ ਸਕਦੇ ਹਾਂ ਐਕਸਰਸਾਈਜ਼ ਆ ਦੇਖੋ ਪ੍ਰੋਪਰ ਐਨ ਉਵੇਂ ਬਾਈਸੈਪਸ ਲੱਗਦੇ ਨੇ ਬੈਗ ਨਾਲ ਵੀ ਐਵੇਂ ਸ਼ੋਲਡਰ ਲੱਗ ਸਕਦੇ ਨੇ ਇਹਦੇ ਨਾਲ ਐਵੇਂ ਜਿੰਨਾ ਤੁਸੀਂ ਭਾਰ ਵਧਾਉਣਾ ਇੰਨਾ ਇਹਦੇ ਵਿੱਚ ਸਮਾਨ ਭਰ ਲਓ ਓਨਾ ਹੈਵੀ ਹੋ ਜੂਗਾ ਐਵੇਂ ਪੁਸ਼ਅਪਸ ਲਾਉਣ ਲਈ ਇਹਨੂੰ ਪਿੱਛੇ ਐਵੇਂ ਟੰਗ ਕੇ ਫਿਰ ਪੁਸ਼ਅਪਸ ਲਾ ਲਓ ਐਵੇਂ ਆਪਾਂ ਇਹਨੂੰ ਹੈਵੀ ਓਨੇ ਐਕਸਰਸਾਈਜ਼ ਨੂੰ ਹੋਰ ਹੈਵੀ ਕਰ ਸਕਦੇ ਹਾਂ ਜਿੰਨਾ ਤੁਹਾਡੀ ਜਿੰਨੀ ਜਾਨ ਆਈ ਜਾਂਦੀ ਹੈ ਓਨਾ ਤੁਸੀਂ ਵੇਟ ਐਡ ਕਰੀ ਜਾਓ ਤਾਂ ਐਕਸਕਿਊਜ਼ ਕੋਈ ਨਹੀਂ ਹੈਗਾ ਕਿਸੇ ਗੱਲ ਦਾ ਐਵੇਂ ਜਿਨ੍ਹਾਂ ਤੋਂ ਪੁਸ਼ਅਪਸ ਨਹੀਂ ਲੱਗਦੇ ਉਹਦਾ ਵੀ ਬੜਾ ਸੌਖਾ ਤਰੀਕਾ ਉਹ ਵੀ ਮੈਂ ਲਾ ਕੇ ਦਿਖਾ ਦਿੰਦਾ ਜਿਨ੍ਹਾਂ ਤੋਂ ਨਹੀਂ ਲੱਗਦੇ ਕਿਵੇਂ ਲਾਉਣੇ ਸ਼ੁਰੂ ਕਰਨ ਉਹ ਵੀ ਦੇਖ ਲਓ ਜਿਨ੍ਹਾਂ ਤੋਂ ਨਹੀਂ ਲੱਗਦੇ ਪੁਸ਼ਅਪਸ ਉਹ ਇੱਦਾਂ ਜਿਵੇਂ ਨੋਰਮਲ ਪੋਜੀਸ਼ਨ ਤਾਂ ਆਪਣੀ ਆਹ ਹੁੰਦੀ ਹੈ ਪੁਸ਼ਅਪਸ ਦੀ ਜਿਨ੍ਹਾਂ ਤੋਂ ਨਹੀਂ ਲੱਗਦੇ ਉਹ ਆਪਣੇ ਐਵੇਂ ਗੋਡੇ ਨੀਚੇ ਲਾ ਕੇ ਆਰਾਮ ਨਾਲ ਲਾ ਸਕਦੇ ਨੇ ਐਵੇਂ ਉੱਦਾਂ ਵੇਟ ਘੱਟ ਜਾਂਦਾ ਜਾਂ ਤੁਹਾਡੇ ਕੋਲੋਂ ਇੱਦਾਂ ਜਾਂ ਤੁਹਾਡੇ ਕੋਲ ਐਵੇਂ 20 ਲੱਗਣ ਲੱਗ ਗਏ ਉਸ ਤੋਂ ਬਾਅਦ ਤੁਸੀਂ ਫਿਰ ਨੈਕਸਟ ਸਟੈਪ ਆ ਉਹ ਦੱਸਦਾ ਕੀ ਆ ਉਸ ਤੋਂ ਬਾਅਦ ਐਵੇਂ ਥੋੜ੍ਹੀ ਹਾਈਟ ਲੈ ਲੈਣੀ ਆ ਅਤੇ ਫਿਰ ਇੱਥੇ ਐਵੇਂ 20 ਲਾਉਣੇ ਆ ਐਵੇਂ ਇਹਤੇ ਲਾਉਣੇ ਸ਼ੁਰੂ ਕਰ ਦੇਣੇ ਆ ਜਦ ਇਹਤੇ ਐਵੇਂ 20 ਈਜ਼ੀਲੀ ਲੱਗਣ ਲੱਗ ਗਏ ਥੋਤੋਂ ਉਹ ਤੋਂ ਬਾਅਦ ਫਿਰ ਉਹੀ ਨੋਰਮਲ ਆਪਣੀ ਜਿਹੜੀ ਆ ਪੁਸ਼ਅਪ ਵਾਲੀ ਪੋਜੀਸ਼ਨ ਹੁੰਦੀ ਆ ਫਿਰ ਇੱਥੇ ਆਰਾਮ ਨਾਲ ਥੋਤੋਂ ਲੱਗਣੇ ਸ਼ੁਰੂ ਹੋ ਜਾਣਗੇ ਅਤੇ ਇਹ ਸੀਗਾ ਪੁਸ਼ਅਪਸ ਦਾ ਤਰੀਕਾ ਪਹਿਲਾਂ ਗੋਡੇ ਲਾ ਕੇ ਪਹਿਲਾਂ ਐਵੇਂ ਗੋਡੇ ਲਾ ਕੇ 20 ਲਾਉਣੇ ਆ 20 ਲਾਓ ਜਦ 20 ਆਰਾਮ ਨਾਲ ਲੱਗਣ ਲੱਗ ਜਾਣਗੇ ਫਿਰ ਐਵੇਂ ਹਾਈਟ ਨਾਲ ਉਹ ਤੋਂ ਬਾਅਦ ਫਿਰ ਨੋਰਮਲੀ ਜਿਵੇਂ ਆਪਾਂ ਲਾਉਣੀ ਹੈ ਅਤੇ ਚਲੋ ਅਤੇ ਬਾਕੀ ਹੁਣ ਮੈਂ ਅਗਲੀ ਆਪਣੇ ਵਰਕਆਊਟ ਵਾਲੀਆਂ ਵੀਡੀਓਜ਼ 'ਚ ਸਟਾਰਟਿੰਗ ਵਾਲਾ ਪਾਰਟ ਕੱਟ ਦਿਆ ਕਰਨਾ ਵਾਰਮ ਅਪ ਵਾਲਾ ਕਿਉਂਕਿ ਉਹ ਸੇਮ ਹੀ ਹੁੰਦਾ ਸਾਰੀ ਵੀਡੀਓਜ਼ 'ਚ ਲਾਸਟ ਸਟੈਚਿੰਗ ਵਾਲਾ ਪਾਰਟ ਉਹ ਤੁਸੀਂ ਕਰ ਲਿਆ ਕਰੋ ਪਿਛਲੀ ਵੀਡੀਓਜ਼ 'ਚ ਦੇਖ ਕੇ ਕਿਉਂਕਿ ਉਹਦੇ ਕਾਰਨ ਵੀਡੀਓ ਬਾਹਲੀ ਵੱਡੀ ਹੋ ਜਾਂਦੀ ਹੈ ਜਿਹੜਾ ਅਸਲੀ ਵਰਕਆਊਟ ਵਾਲਾ ਪਾਰਟ ਹੁੰਦਾ ਕਈ ਲੋਕ ਉੱਥੇ ਤੱਕ ਪਹੁੰਚ ਹੀ ਨਹੀਂ ਪਾਉਂਦੇ ਮੈਨੂੰ ਲੱਗਦਾ ਉਹ ਪਹਿਲਾਂ ਵਾਲੀ ਦੇਖ ਕੇ ਉਹਨੂੰ ਸਕਿੱਪ ਕਰ ਦਿੰਦੇ ਹੋਣੇ ਵੀ ਉਹ ਸੇਮ ਹੀ ਵਰਕਆਊਟ ਆ ਗਿਆ ਜਦਕਿ 5 ਮਿੰਟ ਬਾਅਦ ਅਸਲੀ ਵਰਕਆਊਟ ਸ਼ੁਰੂ ਹੁੰਦਾ ਹੁਣ ਤੋਂ ਮੈਂ ਉਹ ਇਕੱਲਾ ਉਹੀ ਵਰਕਆਊਟ ਹੀ ਪਾਇਆ ਕਰੂੰਗਾ ਹੁਣ ਜਿਵੇਂ ਕੱਲ੍ਹ ਨੂੰ ਆਪਾਂ ਚੈਸਟ ਲਾਉਣੀ ਹੈ ਕੱਲ੍ਹ ਸਾਰਾ ਚੈਸਟ ਦਾ ਵਰਕਆਊਟ ਹੋਊਗਾ ਇਕੱਲਾ ਮੈਂ ਉਹੀ ਪਾਊਂਗਾ ਸਟਾਰਟਿੰਗ 'ਚ ਵਾਰਮ ਅਪ ਅਤੇ ਸਟੈਚਿੰਗ ਨਹੀਂ ਐਂਡ ਵਾਲਾ ਸਟੈਚਿੰਗ ਵਾਲਾ ਪਾਰਟ ਨਹੀਂ ਪਾਊ ਪਰ ਉਹ ਤੁਸੀਂ ਕਰ ਲਿਆ ਕਰਿਓ ਕਿਉਂਕਿ ਉਹ ਵੀ ਬੜਾ ਜ਼ਰੂਰੀ ਹੁੰਦਾ ਸਟਾਰਟਿੰਗ 'ਚ ਆਪਾਂ ਨੂੰ ਸਰੀਰ ਗਰਮ ਹੋਣਾ ਆਪਣਾ ਜ਼ਰੂਰੀ ਹੈ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਾਂ ਪਹਿਲਾਂ ਵਾਰਮ ਅਪ ਕਰਿਆ ਹੁੰਦਾ ਤਾਂ ਇੰਜਰੀਜ਼ ਹੋਣ ਦੇ ਚਾਂਸ ਘੱਟ ਜਾਂਦੇ ਨੇ ਅਤੇ ਉਵੇਂ ਐਂਡ ਇਸ ਸਟੈਚਿੰਗ ਵੀ ਬੜੀ ਜ਼ਰੂਰੀ ਹੁੰਦੀ ਹੈ ਉਹ ਪੱਕਾ ਕਰ ਲਿਆ ਕਰਿਓ ਪਰ ਹੁਣ ਮੈਂ ਅੱਗੇ ਤੋਂ ਇਕੱਲਾ ਵਰਕਆਊਟ ਵਾਲੇ ਪਾਰਟ ਪਾਇਆ ਕਰੂੰਗਾ ਅਤੇ ਇੱਥੇ ਚਲੋ ਹੁਣ ਆਪਾਂ ਚੱਲਦੇ ਹਾਂ ਬਾਹਰ ਗੱਡੀ 'ਚ ਕਈ ਦਿਨ ਹੋ ਗਏ ਗੱਡੀ ਦੇ ਦਰਸ਼ਨ ਨਹੀਂ ਕਰੇ ਜਿੱਦਾਂ ਦਾ ਲੋਕਡਾਊਨ ਹੋਇਆ 26-27 ਦਿਨ ਹੋ ਗਏ ਉਦਣ ਦਾ ਮੈਂ ਅੱਜ ਆ ਕੇ ਗੱਡੀ 'ਚ ਬੈਠਿਆ ਇਹਨੂੰ ਵੀ ਸਟਾਰਟ ਕਰ ਲਈਏ ਕਿੱਦਾਂ ਦੀ ਖੜੀ ਹੈ ਐਵੇਂ ਕਿਤੇ ਮੌਕੇ 'ਤੇ ਚੱਲੇ ਹੀ ਨਾ ਬੈਟਰੀ ਨਾ ਡਾਊਨ ਹੋ ਜਾਵੇ ਅਤੇ ਅੱਜ ਨਾਲੇ ਗਾਣੇ ਸੁਣਦੇ ਹਾਂ ਗੱਡੀ 'ਚ ਗੱਡੀ 'ਚ ਸੁਣਨ ਦਾ ਤੁਹਾਨੂੰ ਪਤਾ ਹੀ ਹੈ ਗਾਣੇ ਅਲੱਗ ਹੀ ਸੁਆਦ ਆ ਅਤੇ ਰੈਂਡਮਲੀ ਸ਼ੁਰੂ ਕਰਦੇ ਹਾਂ ਕਿਉਂਕਿ ਸਟਾਰਟਿੰਗ 'ਚ ਪ੍ਰੈਸ਼ਰ ਬਣ ਜਾਂਦਾ ਹੁੰਦਾ ਘੈਂਟ ਗਾਣਾ ਲਾਉਣ ਦਾ ਵੀ ਕਿਹੜਾ ਲਾਈਏ ਜਿਹੜਾ ਵੀ ਮੈਂ ਲਾਸਟ ਸੁਣਿਆ ਹੋਇਆ ਸਾਊਂਡ ਕਲਾਊਡ 'ਤੇ ਮੈਂ ਉਹੀ ਲਾ ਦਿੰਦਾ ਫਿਲਹਾਲ ਤਾਂ ਅੱਛਾ ਅਬਿੰਦਰ ਖੇ ਦਾ ਸੁਣਿਆ ਲੋਕੀ ਕਹਿੰਦੇ ਬਸ ਕਰ ਬਸ ਕਰ ਚਲੋ ਹੁਣ ਸ਼ੁਰੂ ਕਰਦੇ ਹਾਂ ਵੈਸੇ ਆਪਾਂ ਤਾਂ ਜਿਹੜਾ ਮੈਂ ਲਾਸਟ ਸੁਣਿਆ ਰਾਤੀ ਉਹ ਪਲੇਅ ਕੀਤਾ ਮੈਂ ਤੁਹਾਨੂੰ ਹੁਣ ਸੁਣਾਉਣਾ ਇੱਕ ਮੈਨੂੰ ਗਾਣਾ ਪੁਰਾਣਿਆਂ 'ਚ ਸ਼ੁਰੂ ਕਰਦੇ ਹਾਂ ਫਿਰ ਹੌਲੀ ਹੌਲੀ ਨਵਿਆਂ 'ਤੇ ਆਵਾਂਗੇ ਹੁਣ ਇਹ ਹਲੇ ਮੇਰੇ ਦਿਮਾਗ 'ਚ ਵੈਸੇ ਬਾਹਲੇ ਗਾਣੇ ਵੀ ਨਹੀਂ ਆ ਰਹੇ
ਆਪਾਂ ਪੁਰਾਣੇ ਸਿੰਗਰਾਂ ਤੋਂ ਸ਼ੁਰੂ ਕਰਦੇ ਹਾਂ। ਵੈਸੇ ਕਮਾਲ ਦੀ ਗੱਲ ਆ, ਦੁਨੀਆਂ 'ਚ ਨਹੀਂ ਹੈਗੇ ਜਿਹੜੇ ਵੈਸੇ ਬੰਦੇ ਮੈਨੂੰ ਉਹੀ ਗਾਣੇ ਕਿਵੇਂ ਯਾਦ ਆ ਰਹੇ ਨੇ। ਆਪਾਂ ਅਗਲਾ ਲਾਵਾਂਗੇ ਗਾਣਾ, ਹੁਣ ਰੋਮੀ ਗਿੱਲ ਦਾ। ਹੁਣ ਮੈਨੂੰ ਯਾਦ ਆ ਗਿਆ ਇੱਕ ਗਾਣਾ, ਮੈਂ ਬਹੁਤ ਪਹਿਲਾਂ ਸੁਣਦਾ ਹੁੰਦਾ ਸੀ। ਗਾਣਿਆਂ ਦੀ ਮੇਰੀ ਲਿਸਟ ਬਹੁਤ ਲੰਬੀ ਹੈ, ਤੁਹਾਨੂੰ ਹੁਣ ਪਤਾ ਲੱਗ ਜੂਗਾ। ਬਹੁਤ ਗਾਣੇ ਸੁਣਦਾ ਹੁੰਦਾ ਸੀ ਮੈਂ ਪਹਿਲਾਂ, ਉਹੀ ਵਾਲੇ ਸੁਣਾਊਂਗਾ, ਮੈਨੂੰ ਹਾਲੇ ਵੀ ਉਹੀ ਵਧੀਆ ਲੱਗਦੇ ਨੇ। ਆਹ ਚੱਕੋ, ਆਹ ਸੁਣੋ, ਆਇਆ ਯਾਦ। ਨੈਣ ਸ਼ਰਾਬੀ ਗੁਲਾਬੀ, ਅਬ ਗਾਣਾ ਲੱਗੇਗਾ ਵੱਧ ਫਕ। ਮੈਨੂੰ ਅਗਲਾ ਬੰਦਾ ਵੀ ਉਹ ਯਾਦ ਆ ਰਿਹਾ ਜਿਹੜਾ ਹੁਣ ਦੁਨੀਆਂ 'ਚ ਹੈ ਨਹੀਂ, ਪਰ ਬੜਾ ਘੈਂਟ ਸਿੰਗਰ ਸੀ, ਸੋਨੀ ਪਾਵਲਾ। ਸੋਹਣੇ ਉਹ ਨਾਰਾਜ਼ਗੀ 'ਤੇ ਨਹੀਂ। ਚਲੋ ਜੀ, ਇਹ ਗਾਣੇ ਪੱਕੇ ਨੇ, ਜਾਂ ਵੀ ਮੈਂ ਕਿਤੇ ਜਾਂਦਾ ਹੁੰਦਾ ਦੋ ਤਿੰਨ ਕੁ ਗਾਣੇ ਤਾਂ ਪੱਕੇ ਮੇਰੀ ਗੱਡੀ 'ਚ ਵੱਜਦੇ ਹੀ ਵੱਜਦੇ ਨੇ। ਦੱਸੋ ਕਿਹੜਾ, ਪਰ ਮੈਂ ਦੱਸ ਹੀ ਚੁੱਕਿਆ ਤੁਹਾਨੂੰ। ਸੋਹਣੇ ਉਹ ਨਾਰਾਜ਼ਗੀ 'ਤੇ ਨਹੀਂ, ਸੋਹਣੇ ਉਹ ਨਾਰਾਜ਼ਗੀ 'ਤੇ ਨਹੀਂ, ਗੱਲ ਦਿਲ ਦੀ ਜਿਹੜੀ ਕੇ ਕਹਿੰਦੀਆਂ। ਸੋਹਣੇ ਉਹ ਨਾਰਾਜ਼ਗੀ ਪੰਗਾ। ਤੁਹਾਨੂੰ ਇੱਕ ਚੀਜ਼ ਦਿਖਾਵਾਂ, ਸਾਹਮਣੇ ਨਾ ਇੱਕ ਮੁੰਡਾ ਦਰਖਤ ਦੇ ਖੜਾ ਸਾਹਮਣੇ ਗਰਾਊਂਡ 'ਚ, ਮੇਰੀ ਗੱਡੀ ਬਾਹਰਲੀ ਸਾਈਡ ਨੂੰ ਮੂੰਹ ਕਰਕੇ ਲੱਗੀ ਹੋਈ ਆ, ਅਤੇ ਉਹ ਖੜਾ ਇੱਧਰੋਂ ਦੇਖੀ ਜਾ ਰਿਹਾ ਲਗਾਤਾਰ ਉਦੋਂ ਦਾ ਹੀ। ਇਹ ਸਭ ਤੋਂ ਵੱਡਾ ਪੰਗਾ, ਇਹੀ ਚੱਕਰ ਕਰਕੇ ਮੈਂ ਬਾਹਰ ਵੀਡੀਓ ਨਹੀਂ ਬਣਾਉਂਦਾ। ਇਹ ਸਭ ਤੋਂ ਭੈੜੀ ਆਦਤ ਹੈ, ਪਤਾ ਨਹੀਂ ਲੋਕ ਐਂ ਦੇਖਣ ਲੱਗ ਜਾਂਦੇ ਨੇ, ਪਤਾ ਨਹੀਂ ਕੀ ਸ਼ੋਅ ਲੱਗਿਆ ਹੋਇਆ ਸਾਹਮਣੇ। ਮੈਂ ਕਈ ਵਾਰ ਬਾਹਰ ਜਾ ਕੇ, ਬਾਹਰ ਨਿਕਲ ਕੇ ਗਰਾਊਂਡ 'ਚ ਵਰਕਆਊਟ ਦੀ ਵੀਡੀਓ ਵੀ ਬਣਾਉਣਾ ਹੁੰਦਾ, ਉਦੋਂ ਵੀ ਕੋਈ ਆ ਕੇ ਐਵੇਂ ਬਹਿ ਜਾਂਦੇ ਨੇ ਦੇਖਣ, ਤਾਂ ਹੀ ਮੈਂ ਘਰੇ ਬਣਾਉਣੀਆਂ ਸ਼ੁਰੂ ਕਰਤੀਆਂ। ਆਹ ਦੇਖੋ ਤੁਸੀਂ, ਹੁਣ ਉਹਨੂੰ ਪਤਾ ਲੱਗ ਗਿਆ ਵੀ ਮੈਂ ਵੀਡੀਓ ਬਣਾਉਣ ਲੱਗਿਆ, ਉਹਦੀ ਉਤਰਨ ਲੱਗਿਆ, ਉਤਰ ਗਿਆ ਇੱਧਰ ਦਰਖਤ 'ਤੇ ਚੜ੍ਹ ਕੇ ਦੇਖ ਰਿਹਾ। ਕਮਾਲ ਦੀ ਗੱਲ ਤਾਂ ਐਂ ਵੀ ਉੱਪਰ ਚੜ੍ਹ ਕੇ ਵੀ ਉੱਥੇ ਦੇਖਣ ਨੂੰ ਕੀ ਆ, ਉਤਰ ਗਿਆ। ਸ਼ੁਕਰ ਹੈ, ਸ਼ੁਕਰ ਹੈ ਬਾਈ। ਚਲੋ ਕੰਟੀਨਿਊ ਕਰਦੇ ਹਾਂ ਦੁਬਾਰਾ। ਤਾਂ ਹੀ ਮੈਂ ਬਾਹਰ ਨਹੀਂ ਬਣਾਉਂਦਾ ਹੁੰਦਾ ਵੀਡੀਓ, ਕਿਉਂਕਿ ਅਸੀਂ ਚੱਕਰ ਪੈ ਜਾਂਦਾ ਹੁੰਦਾ। ਪਹਿਲਾਂ ਮੈਂ ਵਰਕਆਊਟ ਵਾਲੀਆਂ ਵੀਡੀਓਜ਼ ਵੀ ਬਾਹਰ ਬਣਾਉਣੀਆਂ ਸ਼ੁਰੂ ਕੀਤੀਆਂ ਸੀ, ਉਦੋਂ ਵੀ ਕੋਈ ਨਾ ਕੋਈ ਆ ਗਿਆ, ਐਵੇਂ ਬਹਿ ਜਾਂਦਾ ਹੁੰਦਾ ਸੀ, ਤਾਂ ਫਿਰ ਐਵੇਂ ਔਖਾ ਲੱਗਦਾ ਸ਼ੂਟ ਕਰਨਾ। ਚੱਲ ਕੋਈ ਨਾ, ਕੱਲ੍ਹ ਨੂੰ ਆਪਾਂ ਗਾਣੇ ਵਾਲੀ ਵੀਡੀਓ ਆਹ ਸਟੂਡੀਓ 'ਚ ਕੰਪਲੀਟ ਕਰ ਲਵਾਂਗੇ। ਚਲੋ ਫਿਰ ਮਿਲਦੇ ਹਾਂ ਕੱਲ੍ਹ, ਓਕੇ, ਬਾਏ ਬਾਏ। ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਬੰਦੇ ਨੇ।